ਹੱਸਿਆ ਕਿਉਂ? ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਬਾ, ਮੈਂ ਕਹਿੰਦਾ ਹੁੰਦਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਇੱਕ ਆਹ ਘੰਟੀ ਵਾਲਾ ਬਟਨ ਦਬਾ ਦਿਓ ਵੀ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਇਆ ਕਰਨਗੀਆਂ। ਸਾਡੇ ਮਾਤਾ ਜੀ ਨੇ ਬਹੁਤ ਨੇੜੇ, ਉਹ ਉਹਨਾਂ ਬੜੇ ਪਿਆਰ ਨਾਲ ਪ੍ਰੋਗਰਾਮ ਦੇਖਦੇ ਆ ਸਾਡਾ, ਆਪਣਾ ਮਤਲਬ ਕਿ ਆਪਣਾ ਪ੍ਰੋਗਰਾਮ ਦੇਖਦੇ ਆ, ਅਤੇ ਉਹ ਕਹਿੰਦੇ ਵੀ ਪੁੱਤ ਤੇਰਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਆ, ਪਹਿਲਾਂ ਜ਼ਿੰਦਗੀ ਜ਼ਿੰਦਾਬਾਦ ਵੀ ਸਾਰੇ 9 ਚੈਪਟਰ ਸੁਣੇ, ਅਤੇ ਆਹ ਵੀ, ਅਤੇ ਤੂੰ ਜਿਵੇਂ ਜਿਵੇਂ ਕਹਿੰਦਾ ਉਵੇਂ ਉਵੇਂ ਕਰਦੇ ਹਾਂ ਅਸੀਂ, ਵਧੀਆ ਲੱਗਦਾ ਸਾਨੂੰ, ਅਤੇ ਤੂੰ ਬੋਲਦਾ ਵੀ ਵਧੀਆ ਲੱਗਦਾ। ਜਦੋਂ ਤੂੰ ਕਹਿੰਦਾ ਚੈਨਲ ਸਬਸਕ੍ਰਾਈਬ ਕਰ ਦੇ, ਮੈਂ ਪੁੱਤ ਹਰ ਵਾਰ ਤੇਰਾ ਚੈਨਲ ਸਬਸਕ੍ਰਾਈਬ ਕਰਦੀ ਹਾਂ, ਜਦੋਂ ਤੂੰ ਕਹਿੰਦਾ ਵੀ ਘੰਟੀ ਵਾਲਾ ਬਟਨ ਦੱਬ ਦੂੰ, ਮੈਂ ਹਰ ਵਾਰ ਘੰਟੀ ਵਾਲਾ ਬਟਨ ਦੱਬਦੀ ਹਾਂ। ਮੈਂ ਕਿਹਾ ਮਾਤਾ ਹਰ ਵਾਰ ਨਹੀਂ ਕਰਨਾ, ਇਹ ਤਾਂ ਤੂੰ ਇੱਕ ਵਾਰ ਸਬਸਕ੍ਰਾਈਬ ਕਰ ਲੈਣੀ ਆ, ਦੂਜੇ ਵਾਰ ਅਨਸਬਸਕ੍ਰਾਈਬ ਕਰ ਦੇਣੀ, ਇੱਕ ਵਾਰ ਘੰਟੀ ਵਾਲਾ ਬਟਨ ਦਬਾ ਕੇ ਦੂਜੀ ਵਾਰ ਫੇਰ ਉਹਨੂੰ। ਮੈਂ ਕਿਹਾ ਐਂ ਨਹੀਂ ਕਰਨਾ, ਇੱਕ ਵਾਰ ਸਬਸਕ੍ਰਾਈਬ ਕਰ ਲਿਆ ਸਬਸਕ੍ਰਾਈਬ ਹੋ ਗਿਆ। ਸੋ ਜੋ ਤੁਹਾਡੇ ਘਰ ਵੱਡੇ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ, ਪਲੀਜ਼ ਉਹਨਾਂ ਨੂੰ ਸਿਖਾ ਦਿਓ, ਦੱਸ ਦਿਓ। ਮੈਂ ਮਾਤਾ ਜੀ ਨੂੰ ਦੱਸ ਦਿੱਤਾ, ਉਹਨਾਂ ਨੂੰ ਬੜਾ ਪਿਆਰ ਕਰਦੇ ਆ। ਲਵ ਯੂ ਮਾਤਾ, ਤੁਸੀਂ ਸੁਣ ਲਿਆ ਹੁਣ ਮੈਸੇਜ ਇਹ। ਠੀਕ, ਕਰਨਗੇ ਜੀ, ਕਰਨਗੇ। ਡਾਇਰੈਕਟਰ ਸਾਹਿਬ ਬਹੁਤ ਸਖਤ ਆ ਸਾਡੇ। ਹਾਂਜੀ, ਸੂਰਜ ਦੀ ਦਹਿਲੀਜ਼ ਕਿਤਾਬ ਹੈ ਸੁਖਵਿੰਦਰ ਅੰਮ੍ਰਿਤ ਹੋਰਾਂ ਦੀ। ਸੁਖਵਿੰਦਰ ਅੰਮ੍ਰਿਤ ਪੰਜਾਬੀ ਦੀ ਬਹੁਤ ਹੀ ਪਿਆਰੀ ਕਵਿਤਰੀ ਹੈ, ਬਹੁਤ ਸੋਹਣਾ ਲਿਖਦੇ ਨੇ ਮੈਡਮ, ਔਰ ਇਹਨਾਂ ਦੀਆਂ ਲਿਖਤਾਂ ਮਜ਼ਾ ਆ ਜਾਂਦਾ ਪੜ੍ਹ ਕੇ। ਇੱਕ ਰਚਨਾ ਇਹਨਾਂ ਦੀ ਤੁਹਾਡੇ ਨਾਲ ਸਾਂਝੀ ਕਰਦਾ। ਕਹਿੰਦੇ ਆ ਕਿ ਕਿੰਨੇ ਸਦਮੇ ਦਿਲ ਉਹਦਾ ਜਰਦਾ ਗਿਆ, ਹਰ ਘੜੀ ਜਿਉਂਦਾ ਰਿਹਾ ਮਰਦਾ ਗਿਆ, ਦੀਦਿਆਂ ਦੀ ਲੋਹ ਚੁਰਾ ਕੇ ਰਾਤ ਨੂੰ ਉਹ ਕਿਸੇ ਦੀ ਕਬਰ 'ਤੇ ਧਰਦਾ ਰਿਹਾ, ਭਰ ਨਾ ਸਕਿਆ ਜ਼ਿੰਦਗੀ ਦਾ ਖਾਲੀਪਨ, ਮੂਰਤਾਂ ਵਿੱਚ ਰੰਗ ਉਹ ਭਰਦਾ ਰਿਹਾ, ਹਰ ਦਫ਼ਾ ਉਹਦੀ ਨਜ਼ਰ ਕੋਈ ਨਿਰਾਸ਼, ਹਰ ਦਫ਼ਾ ਹੀ ਹੁਸਨ 'ਤੇ ਭਰਦਾ ਰਿਹਾ। ਮਤਲਬ ਦੋ ਸ਼ੇਰ ਹੋਰ ਨੇ ਇਹਦੇ, ਪਰ ਆਪਾਂ ਟਾਈਮ ਦੇ ਨਾਲ ਇਹਨਾਂ ਨੂੰ ਜ਼ਰੂਰ ਪੜ੍ਹਨਾ। ਸੁਖਵਿੰਦਰ ਅੰਮ੍ਰਿਤ ਹੋਰਾਂ ਨੂੰ ਜੇ ਤੁਸੀਂ ਪੜ੍ਹਨਾ ਹੈ, ਗਜ਼ਲ, ਵਧੀਆ ਗਜ਼ਲ ਪੜ੍ਹਨੀ ਹੈ, ਵਧੀਆ ਪੋਇਟਰੀ ਲਿਖਣੀ ਹੈ। ਸੋ ਤੁਹਾਡੀਆਂ ਲਿਖੀਆਂ ਰਚਨਾਵਾਂ ਪੜ੍ਹਦੇ ਹਾਂ ਆਪਾਂ। ਅਮਨ ਚਾਹਲ, ਅਮਨ ਚਾਹਲ ਜੀ ਲਿਖਦੇ ਹੈ, ਹੱਸ ਮਾਣਨਾ ਜਾਂ ਰੋਕ ਕੇ ਜ਼ਿੰਦਗੀ ਨੂੰ ਸਾਬੇ ਹੱਥ ਤੇਰੇ, ਆਪੇ ਸਮੇਂ ਨੇ ਭਰਨੇ ਮਿਲਣੇ ਠੋਕਰਾਂ ਨਾਲ ਜ਼ਖਮ ਲੱਖ ਜਿਹੜੇ, ਕਾਲੇ ਇਹਨਾਂ ਲਈ ਨਾ ਮਿਲਣਾ ਤੈਨੂੰ ਕੋਈ ਹਕੀਮ ਅਤੇ ਨਰਸੇ, ਦੱਬੀ ਚੱਲ ਤੂੰ ਕੰਮ ਮਿੱਤਰਾ ਇਹ ਜ਼ਿੰਦਗੀ ਦਾ ਇੱਕ ਸੰਘਰਸ਼ ਏ, ਲੱਖ ਕੋਈ ਗਾਏ ਮੈਂ ਖਰਾਸ਼ 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 ਥੋੜ੍ਹੇ ਸਗਰਾਰੇ ਕੀਜੀਏ ਸੋਰੀ, ਦੱਬੀ ਚੱਲ ਕੰਮ ਮਿੱਤਰਾ ਇਹ ਜ਼ਿੰਦਗੀ ਇੱਕ ਸੰਘਰਸ਼ ਏ, ਲੱਖ ਕੋਈ ਮਾੜਾ ਕਰਜੇ ਪਰ ਤੂੰ ਨਾ ਕਰਨਾ ਅਤੇ ਨਾ ਕਰਿਆ ਏ, ਨਿਮਰਤਾ ਦੇ ਵਿੱਚ ਰਹਿਣਾ ਅਤੇ ਨਿਰਭਉ ਦਾ ਪਾਠ ਦੋਨੋਂ ਗੁਰਬਾਣੀ 'ਚ ਗੁਰਬਾਣੀ ਪੜ੍ਹਾਇਆ ਏ। ਅਮਨ ਚਾਹਲ ਪੜ੍ਹਿਆ ਕਰੋ ਔਰ ਮਿਹਨਤ ਕਰਿਆ ਕਰੋ, ਜਿਵੇਂ ਤੁਹਾਨੂੰ ਲਿਖਣ ਦਾ ਸ਼ੌਕ ਆ ਉਵੇਂ ਪੜ੍ਹਨ ਦਾ ਸ਼ੌਕ ਪਾਓ, ਉਵੇਂ ਸਿੱਖਣ ਦਾ ਸ਼ੌਕ ਪਾਓ, ਉਵੇਂ ਆਪਣੇ ਸਪੈਲਿੰਗ ਲਿਖੋ ਉਹਨਾਂ 'ਤੇ ਮਿਹਨਤ ਕਰੋ, ਕਵਿਤਾ ਦਾ ਰਿਦਮ, ਕਵਿਤਾ ਦੀ ਤੋਰ, ਕਵਿਤਾ ਦਾ ਤੁਰਨਾ, ਕਵਿਤਾ ਦਾ ਬੈਠਣਾ, ਕਵਿਤਾ ਦਾ ਖੜ੍ਹਨਾ, ਕਵਿਤਾ ਦਾ ਵੇਖਣਾ, ਮਤਲਬ ਕਵਿਤਾ ਕੀ ਹੈ ਇਹਦਾ ਰੂਪ ਰੰਗ ਤੁਹਾਨੂੰ ਪੜ੍ਹ ਕੇ ਸੁਣ ਕੇ ਸਮਝ ਆਊਗਾ। ਅਮਨ ਚਾਹਲ ਜ਼ਰੂਰ ਪੜ੍ਹਨਾ ਸਿੱਖਣਾ, ਸਿਰਫ ਸਾਨੂੰ ਇਹੀ ਸ਼ੌਕ ਨਹੀਂ ਹੋਣਾ ਚਾਹੀਦਾ ਕਿ ਮੈਂ ਲਿਖਾਂ ਅਤੇ ਮੈਨੂੰ ਕੋਈ ਪੜ੍ਹੇ, ਆਪਾਂ ਨੂੰ ਆਪਣੇ ਲਿਖੇ ਨਾਲ ਇਨਸਾਫ ਵੀ ਕਰਨਾ ਪੈਣਾ। ਅਗਲੀ ਰਚਨਾ ਹੈ ਤਰਨਜੀਤ ਕੌਰ ਨਾਹਲ। ਤਰਨਜੀਤ ਕੌਰ ਨਾਹਲ ਕਹਿੰਦੇ ਹੈ, ਅੱਜ ਮੈਂ ਰੋਈ ਅਤੇ ਮੇਰਾ ਦਿਲ ਵੀ ਰੋਇਆ, ਇਸ ਸਾਲ 'ਤੇ ਵਾਅਦਾ ਕੀਤਾ ਸੀ ਕਿ ਨਹੀਂ ਰੋਣਾ, ਅੱਜ ਮੈਂ ਰੋਈ ਅਤੇ ਮੇਰਾ ਦਿਲ ਵੀ ਰੋਇਆ, ਇਸ ਸਾਲ 'ਤੇ ਵਾਅਦਾ ਕੀਤਾ ਸੀ ਕਿ ਨਹੀਂ ਰੋਣਾ, ਪਰ ਦੇਖੋ ਨਾ ਫਿਰ ਵੀ ਰੋਇਆ, ਉਹ ਰੋਇਆ ਅਤੇ ਮੈਨੂੰ ਲੱਗਾ ਕਿ ਸਾਰਾ ਆਲਮ ਰੋਇਆ, ਆਵਾਜ਼ ਤਾਂ ਉਹਦੀ ਨਿਕਲੀ ਨਾ, ਨਾ ਮਤਲਬ ਨਾਂ ਵਾਲੀ, ਇਹ ਨਾਮ ਵਾਲੀ ਲਿਖਿਆ, ਆਵਾਜ਼ ਤਾਂ ਉਹਦੀ ਨਿਕਲੀ ਨਾ ਪਰ ਸਿਸਕੀਆਂ ਲੈ ਰੋਇਆ, ਪੱਥਰ ਬਣਿਆ ਅੱਜ ਦਾ ਦਿਲ ਫਿਰ ਕਦੇ ਨਾ ਰੋਇਆ, ਪੱਥਰ ਦੇ ਆਏ ਸ਼ਹਿਰ ਤੋਂ ਪੱਥਰਾਂ ਨੇ ਮੋਇਆ, ਉਹ ਰੋਇਆ ਜਦ ਆਪਣੀ ਧੀ ਨੂੰ ਲਿਆ ਕਲਾਵੇ, ਅੱਜ ਦਿਲ ਦਾ ਤਕੜਾ ਆਦਮੀ ਬਣ ਸਾਵਣ ਵਰ ਆਇਆ। ਤਰਨਜੀਤ ਕੌਰ ਨਾਹਲ ਨੇ ਆਪਣੀ ਰਚਨਾ ਰਾਹੀਂ
ਧੀਆਂ ਦਾ ਜਿਹੜਾ ਦਰਦ ਹੈ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਅੱਛੀ ਗੱਲ ਹੈ ਕਿ ਕੋਸ਼ਿਸ਼ ਕਰੋ, ਪਰ ਕੋਸ਼ਿਸ਼ ਕਰਨ ਦੇ ਨਾਲ ਨਾਲ ਪੜ੍ਹਨਾ ਵੀ ਬਹੁਤ ਹੀ ਜ਼ਰੂਰੀ ਹੈ। ਅੱਗੇ ਹੈ ਕਿ ਜਿਵੇਂ ਤੁਹਾਨੂੰ ਸੁਨੇਹੇ ਆਉਂਦੇ ਨੇ, ਉਹਨਾਂ ਸੁਨੇਹਿਆਂ ਦੇ ਵਿੱਚ ਗੱਲ ਬਹੁਤ ਵਧੀਆ ਹੁੰਦੀ ਹੈ। ਹੁਣ ਇਹਨਾਂ ਦੀ ਇੱਕ ਸ਼ਰਤ ਸੀ, ਜਿਹਨਾਂ ਦਾ ਸੁਨੇਹਾ ਆਇਆ ਕਿ ਸਾਡਾ ਨਾਮ ਨਹੀਂ ਲੈਣਾ ਤੁਸੀਂ। ਠੀਕ ਹੈ, ਆਪਾਂ ਨਾਮ ਨਹੀਂ ਲੈਂਦੇ, ਪਰ ਗੱਲ ਬਹੁਤ ਪਿਆਰੀ ਹੈ, ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਹੋਰ ਵੀ ਬਹੁਤ ਦੇ ਆਏ ਨੇ, ਕੋਈ ਗੱਲ ਖਾਸ ਨਹੀਂ ਸੀ ਪਰ ਲਿਖਿਆ ਹੁੰਦਾ ਸੀ ਕਿ ਮੇਰਾ ਨਾਮ ਨਾ ਲਿਓ। ਫਿਰ ਕਹਿੰਦਾ ਸੀ ਗੱਲ ਵੀ ਕੋਈ ਖਾਸ ਨਹੀਂ, ਨਾਮ ਵੀ ਨਾ ਲਿਓ, ਫਿਰ ਬੰਦਾ ਆਪਣਾ ਨਾਮ ਵੀ ਨਹੀਂ ਚਾਹੁੰਦਾ, ਕੁਛ ਤਾਂ ਗੱਲ ਹੋਵੇ ਨਾ ਵਿੱਚ। ਸੋ ਇਹਦੇ ਵਿੱਚ ਗੱਲ ਸੀ, ਬੜੀ ਸੋਹਣੀ ਗੱਲ ਹੈ, ਸੁਣਿਓ ਧਿਆਨ ਨਾਲ ਜ਼ਰਾ। ਲਿਖਦੇ ਹੈ ਕਿ ਧੀ ਦਾ ਅਰਥ ਸਿਰਫ ਇੱਕ ਰਿਸ਼ਤੇ 'ਤੇ ਨਹੀਂ ਮੁੱਕ ਜਾਂਦਾ, ਮੈਨੂੰ ਲੱਗਦਾ ਧੀ ਫਰਜ਼ ਨੂੰ ਸਿਰਫ ਇੱਕ ਰਿਸ਼ਤੇ ਤੱਕ ਸੀਮਤ ਕਰਕੇ ਦੇਖਣਾ ਕਾਫੀ ਨਹੀਂ। ਧੀ ਲਫ਼ਜ਼ ਦਰਅਸਲ ਇੱਕ ਜਜ਼ਬਾਤ ਹੈ, ਜੇ ਇਦਾਂ ਦੱਸਣ ਲੱਗਿਆ ਤਾਂ ਗੱਲਬਾਤ ਲੈਕਚਰ ਬਣ ਜਾਏਗੀ। ਚਲੋ ਮੈਂ ਆਪਣਾ ਤਜਰਬਾ ਸਾਂਝਾ ਕਰਦਾ। ਮੈਨੂੰ ਇੱਕ ਕੁੜੀ ਮਿਲੀ ਮੇਰੇ ਹਾਣ ਦੀ, ਮੇਰੇ ਤੋਂ ਮਸਾਂ ਸਾਲ ਛੋਟੀ। ਉਹਨੂੰ ਜਾਣ ਕੇ, ਉਹਦੇ ਨਾਲ ਗੱਲਾਂ ਕਰਕੇ ਮੈਨੂੰ ਇਉਂ ਲੱਗਿਆ ਕਰੇ ਕਿ ਰੱਬਾ ਮੇਰੇ ਘਰ ਧੀ ਜ਼ਰੂਰ ਹੋਵੇ ਅਤੇ ਬਿਲਕੁਲ ਇਹਦੇ ਵਰਗੀ ਹੋਵੇ। ਕੁਦਰਤੀ ਇਹੋ ਜਿਹਾ ਸਬੱਬ ਬਣਿਆ, ਅਸੀਂ ਇੱਕ ਸ਼ਹਿਰ 'ਚ ਇਕੱਠੇ ਹੋ ਗਏ ਅਤੇ ਸਾਡਾ ਰੋਜ਼ ਵਾਂਗੂ ਮਿਲਣਾ ਹੋ ਗਿਆ। ਜਦੋਂ ਉਹ ਮੇਰੇ ਕੋਲ ਖੁੱਲ੍ਹ ਕੇ ਹਰ ਗੱਲ ਕਰ ਲੈਂਦੀ ਤਾਂ ਮੈਨੂੰ ਚੰਗਾ ਲੱਗਦਾ। ਇਹ ਗੱਲ ਮੈਂ ਸਮਝ ਗਿਆ ਸੀ ਕਿ ਮੇਰੇ ਕੋਲ ਉਹਨੂੰ ਕੰਫਰਟ ਜ਼ੋਨ ਮਿਲਿਆ ਹੈ ਅਤੇ ਮੈਂ ਉਸ ਕੰਫਰਟ ਜ਼ੋਨ ਨੂੰ ਹੋਰ ਵੱਡਾ ਕਰਤਾ। ਉਹਨੇ ਮੇਰੇ ਕੋਲ ਇੰਨੀਆਂ ਗੱਲਾਂ ਕੀਤੀਆਂ, ਪਤਾ ਨਹੀਂ ਕਿੰਨੇ ਸਾਲਾਂ ਤੋਂ ਆਪਣੇ ਪਾਪਾ ਨਾਲ ਕਰਨਾ ਚਾਹੁੰਦੀ ਹੋਣੀ, ਪਰ ਕਿਉਂਕਿ ਬਹੁਤੇ ਪਿਓ ਕਦੇ ਆਪਣੀਆਂ ਧੀਆਂ ਪੁੱਤਾਂ ਨਾਲ ਕਦੇ ਗੱਲਾਂ ਹੀ ਨਹੀਂ ਕਰਦੇ, ਕਦੇ ਟਾਈਮ ਕੱਢ ਕੇ ਉਹਨਾਂ ਕੋਲ ਬੈਠਦੀ ਨਹੀਂ, ਤਾਂ ਬੱਚਿਆਂ ਦੇ ਦਿਲ 'ਚ ਹੀ ਰਹਿ ਜਾਂਦਾ ਬਹੁਤ ਕੁਝ। ਉਹਨੇ ਮੇਰੇ ਕੋਲ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਉਹਦੀਆਂ ਗੱਲਾਂ 'ਚੋਂ, ਉਹਦੀ ਸ਼ਖਸੀਅਤ 'ਚੋਂ ਮੈਂ ਇੱਕ ਗੱਲ ਮਹਿਸੂਸ ਕੀਤੀ ਕਿ ਇਸ ਕੁੜੀ ਨੂੰ ਇੱਕ ਪਿਓ ਦੇ ਪਿਆਰ ਦੀ, ਉਹਦੀ ਗਾਈਡੈਂਸ ਦੀ ਕਿੰਨੀ ਘਾਟ ਹੈ। ਅਤੇ ਮੈਂ ਉਸੇ ਪਲ ਤੋਂ ਉਹ ਮੇਰੀ ਧੀ ਹੋ ਗਈ ਅਤੇ ਮੈਂ ਉਹਦਾ ਪਿਓ। ਉਹਦਾ ਉਹ ਬਚਪਨ ਵੀ ਵਾਪਸ ਆ ਗਿਆ ਜਿਹਨੂੰ ਉਹਨੇ ਮਾਣਨ ਤੋਂ ਬਿਨਾਂ ਲੰਘਾਤਾ ਸੀ। ਬਸ ਉਹਨੂੰ ਉਹਦਾ ਗੁਆਚਿਆ ਬਚਪਨ ਅਤੇ ਗੁਆਚਿਆ ਪਿਓ ਦੇਣ ਦੀ ਜ਼ਿੰਮੇਵਾਰੀ ਉਸ ਦਿਨ ਤੋਂ ਉਸੇ ਪਲ ਮੇਰੀ ਲੱਗ ਗਈ। ਜਦੋਂ ਖੇਡਦੀ ਹੈ ਤਾਂ ਉਹਨੂੰ ਵੇਖ ਕੇ ਮੈਂ ਗਦਗਦ ਹੋ ਜਾਂਦਾ। ਉਹ ਮੇਰੇ ਤੋਂ ਹਰ ਗੱਲ ਮਨਵਾ ਲੈਂਦੀ ਹੈ। ਸੱਚ ਜਾਣਿਓ ਉਹਦੀ ਜ਼ਿੱਦ ਅੱਗੇ ਹਾਰ ਕੇ ਮੈਂ ਵੀ ਜਿੱਤ ਜਾਂਦਾ, ਮੈਂ ਵੀ ਹਰ ਵਾਰ ਜਿੱਤ ਜਾਂਦਾ। ਦੁਬਾਰੇ ਪੜ੍ਹਦੇ ਹਾਂ। ਉਹ ਮੇਰੇ ਤੋਂ ਹਰ ਗੱਲ ਮਨਵਾ ਲੈਂਦੀ ਹੈ। ਸੱਚ ਜਾਣਿਓ ਉਹਦੀ ਜ਼ਿੱਦ ਅੱਗੇ ਹਾਰ ਕੇ ਵੀ ਮੈਂ ਹਰ ਵਾਰ ਜਿੱਤ ਜਾਂਦਾ। ਜਦੋਂ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੈ ਤਾਂ ਮੇਰਾ ਕਿਹਾ ਧਿਆਨ ਨਾਲ ਸਮਝਦੀ ਹੈ, ਮੇਰੇ ਨਾਲ ਲੜਦੀ ਹੈ, ਖੇਡਦੀ ਹੈ, ਕਦੇ ਸਵਾਲ 'ਤੇ ਸਵਾਲ ਕਰਦੀ ਹੈ। ਮੇਰੇ ਮਨ 'ਚ ਜੋ ਸਕੂਨ ਹੁੰਦਾ ਹੈ ਉਦੋਂ ਮੈਂ ਸੱਚੀ ਬਿਆਨ ਨਹੀਂ ਕਰ ਸਕਦਾ। ਅਤੇ ਹਾਂ, ਸੱਚੋ ਮੈਨੂੰ ਪਾਪਾ ਹੀ ਕਹਿ ਕੇ ਬੁਲਾਉਂਦੀ ਹੈ। ਮੈਨੂੰ ਬੜੀ ਹੈਰਾਨ ਹੋ ਕੇ ਪੁੱਛੇਗੀ, ਪਾਪਾ ਤੁਹਾਡੇ ਕੋਲ ਮੇਰੀ ਹਰ ਗੱਲ ਦਾ ਜਵਾਬ ਕਿਵੇਂ ਹੁੰਦਾ ਹੈ? ਮੈਂ ਕਹਿ ਦਿੰਦਾ, ਕਿਉਂਕਿ ਮੈਂ ਤੇਰਾ ਪਾਪਾ, ਮੈਨੂੰ ਤੇਰੇ ਸਵਾਲਾਂ ਦਾ ਵੀ ਪਤਾ ਹੁੰਦਾ ਅਤੇ ਜਵਾਬ ਦਾ ਵੀ। ਪਰ ਨਹੀਂ, ਇਹ ਮੈਂ ਸਿਰਫ ਉਹਨੂੰ ਹੀ ਕਹਿੰਦਾ। ਕੁਛ ਗੱਲਾਂ ਮੈਨੂੰ ਪਤਾ ਹੀ ਨਹੀਂ ਹੁੰਦੀਆਂ, ਪਤਾ ਹੁੰਦੀਆਂ ਤਾਂ ਉਹ ਮੈਂ ਪਤਾ ਕਰ ਲੈਂਦਾ, ਕੁਛ ਗੱਲਾਂ ਮੈਨੂੰ ਪਤਾ ਹੁੰਦੀਆਂ ਨੇ ਅਤੇ ਜੋ ਨਹੀਂ ਪਤਾ ਹੁੰਦੀਆਂ ਉਹ ਮੈਂ ਪਤਾ ਕਰ ਲੈਂਦਾ ਅਤੇ ਫਿਰ ਮੈਂ ਉਹਨੂੰ ਦੱਸਦਾ। ਅਤੇ ਇੱਕ ਰਾਜ ਦੀ ਗੱਲ ਦੱਸਾਂ, ਮੈਂ ਉਹਨੂੰ ਕੁਛ ਨਹੀਂ ਸਿਖਾਉਂਦਾ, ਸਗੋਂ ਮੈਨੂੰ ਵੱਧ ਸਿਖਾਉਂਦੀ ਹੈ। ਕਿੰਨਾ ਕੁਛ ਇਹੋ ਜਿਹਾ ਹੁੰਦਾ ਹੈ ਜੋ ਮੈਂ ਉਹਦੇ ਪੁੱਛਣ ਤੋਂ ਪਹਿਲਾਂ ਕਦੇ ਸੁਣਿਆ ਵੀ ਨਹੀਂ ਹੁੰਦਾ, ਉਹਦੇ ਪੁੱਛਣ 'ਤੇ ਪੜ੍ਹਦਾ ਵੀ ਹਾਂ, ਸੋਚਦਾ ਵੀ ਹਾਂ ਅਤੇ ਹੱਲ ਵੀ ਲੱਭ ਲੈਂਦਾ। ਉਹਦੇ ਨਾਲ ਹੱਸਦਾ, ਖੇਡਦਾ, ਨੱਚਦਾ, ਟੱਪਦਾ ਮੈਂ ਕਦੀ ਨਹੀਂ ਅੱਕਦਾ, ਕਦੀ ਨਹੀਂ ਥੱਕਦਾ, ਕਦੇ ਬੋਰ ਨਹੀਂ ਹੁੰਦਾ। ਮੈਂ ਤਾਂ ਇਹ ਸੋਚਦਾ ਕਿੰਨੇ ਬਦਕਿਸਮਤ ਹੁੰਦੇ ਨੇ ਉਹ ਲੋਕ ਜੋ ਆਪਣੀਆਂ ਧੀਆਂ ਕੋਲ ਬੈਠਦੇ ਨਹੀਂ, ਉਹਨਾਂ ਨਾਲ ਖੇਡਦੇ ਨਹੀਂ, ਗੱਲਾਂ ਨਹੀਂ ਕਰਦੇ, ਕਦੇ ਉਹਨਾਂ ਨਾਲ ਬਿਲਕੁਲ ਵੀ ਟਾਈਮ ਨਹੀਂ ਬਿਤਾਉਂਦੇ। ਖੈਰ, ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਆਉਣਾ। ਧੀ ਲਫ਼ਜ਼ ਇੱਕ ਅਹਿਸਾਸ ਹੈ, ਕਿਸੇ ਵੀ ਉਮਰ 'ਚ ਕਿਸੇ ਲਈ ਵੀ ਪੈਦਾ ਹੋ ਸਕਦਾ ਹੈ। ਬਸ ਸ਼ਰਤ ਇਹ ਹੈ ਕਿ ਤੁਹਾਡੇ ਅੰਦਰ ਇੱਕ ਪਿਓ ਜ਼ਰੂਰ ਹੋਣਾ ਚਾਹੀਦਾ ਹੈ, ਯਕੀਨ ਜਾਣਿਓ। ਫਿਰ ਹਰ ਔਰਤ 'ਚ ਤੁਸੀਂ ਆਪਣੀ ਧੀ ਦੀ ਝਲਕ ਦੇਖੋਗੇ। ਕਦੇ ਕਦੇ ਘਰ ਵਾਲੀ ਅਤੇ ਪਿਓ ਬਣ ਕੇ ਵੀ ਪਿਆਰ ਦੇ ਦਿਆ ਕਰੋ ਯਾਰ, ਉਹ ਵੀ ਤਾਂ ਤੁਹਾਡੇ ਪੈਰੀ ਹੱਥ ਹੀ ਲਾਉਂਦੀ ਹੋਊ। ਕਦੇ ਰਿਸ਼ਤਿਆਂ ਦੇ ਦਾਇਰੇ ਵੱਡੇ ਕਰਨ ਦੀ ਲੋੜ ਹੈ ਦੋਸਤੋ, ਤੁਸੀਂ ਤੁਹਾਡੀ ਜ਼ਿੰਦਗੀ ਦੋਵੇਂ ਨਿਖਰ ਜਾਣਗੇ। ਜੀ ਕਰਦਾ ਇਹਨਾਂ ਦੇ ਨਾਂ ਸਾਂਝੇ ਕਰਾਂ, ਪਰ ਉਹਨਾਂ ਦੀ ਸ਼ਰਤ ਸੀ ਕਿ ਮੇਰਾ ਨਾਂ ਨਾ ਸਾਂਝਾ ਕਰਿਓ। ਪਰ ਦੇਖੋ ਅੱਜ ਦੀ ਯੂਥ ਦਾ ਹੈ ਇਹ, ਇਹਨਾਂ ਦੀ ਪ੍ਰੋਫਾਈਲ ਦੇਖੀ ਮੈਂ, ਇਸ ਮੁੰਡੇ ਦੀ ਉਮਰ ਮਸਾਂ 25 ਤੋਂ 30 ਸਾਲ ਦੇ ਵਿੱਚ ਹੈ, ਔਰ ਇੰਨੀ ਜ਼ਿੰਮੇਵਾਰੀ, ਔਰ ਇੰਨਾ ਸੋਹਣਾ ਲਿਖਿਆ, ਔਰ ਬਕਾਇਦਾ ਉਹਨਾਂ ਦੀਆਂ ਆਪਣੀਆਂ ਅੰਦਰਲੀਆਂ ਫੀਲਿੰਗ ਨੇ। ਸਾਡੀ ਯੂਥ ਇੰਨਾ ਵਧੀਆ ਸੋਚਦੀ ਹੈ ਤਾਂ ਬਹੁਤ ਜੀ ਠੀਕ ਹੈ। ਡਾਇਰੈਕਟਰ ਸਾਹਿਬ ਕਹਿੰਦੇ ਸੁਨੇਹਾ ਆਇਆ ਪਹਿਲਾਂ, ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਪਸੰਦ ਕੀਤਾ ਵੀਡੀਓ ਸੁਨੇਹਾ ਸੁਣ ਲਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ।
ਪਿਛਲੇ ਦਿਨੀ ਰਾਣਾ ਰਣਵੀਰ ਜੀ ਨੇ ਇੱਕ ਉਪਰਾਲਾ ਸ਼ੁਰੂ ਕਰਿਆ ਸੀਗਾ ਜਿਸ ਦਾ ਨਾਮ ਸੀ ਤੂੰ ਲਿਖੇ ਮੈਂ ਬੋਲਾਂ। ਇਹਦੇ ਵਿੱਚ ਵੱਖ ਵੱਖ ਥਾਵਾਂ ਤੋਂ ਸਾਰੇ ਉਹਨਾਂ ਨਾਲ ਜੁੜੇ ਨੇ ਜੋ ਉਹਨਾਂ ਨੇ ਰੱਬ ਦੀਆਂ ਆਪਣੀਆਂ ਰਚਨਾਵਾਂ ਭੇਜੀਆਂ ਜੋ ਜੋ ਲਿਖਿਆ ਹੋਇਆ ਉਹਨਾਂ ਨੇ, ਅਤੇ ਮੈਂ ਵੀ ਆਪਣੀ ਇੱਕ ਰਚਨਾ ਭੇਜੀ ਸੀ ਉਹਨਾਂ ਨੂੰ। ਅਤੇ ਕਹਿੰਦੇ ਆ ਕਿ ਸਬਰ ਦਾ ਫਲ ਮਿੱਠਾ ਹੁੰਦਾ, ਕੋਈ ਨਹੀਂ ਉਹ ਜ਼ਰੂਰ ਪੜ੍ਹਨਗੇ, ਮੇਰੀਆਂ ਹੀ ਨਹੀਂ ਸਾਰਿਆਂ ਦੀਆਂ ਹੀ ਜ਼ਰੂਰ ਪੜ੍ਹਨਗੇ ਉਹ। ਅਤੇ ਉਹ ਹੁਣੇ ਹੁਣੇ ਲਾਈਵ 'ਤੇ ਸੀ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 1800 ਦੇ ਕਰੀਬ ਮਿਲੀਆਂ ਨੇ ਰਚਨਾਵਾਂ ਸਾਰੇ ਕਿਤੇ। ਅਤੇ ਮੈਂ ਵੀ ਇੱਕ ਰਚਨਾ ਤਾਂ ਆਪਦੀ ਭੇਜੀ ਸੀ ਅਤੇ ਦੋ ਲਾਈਨਾਂ ਹੀ ਲਿਖੀਆਂ ਸੀ, ਸਿਰਫ ਹੀ ਦੋ ਲਾਈਨਾਂ। ਅਤੇ ਹੋਰ ਉਹ ਸੀ, ਮੈਂ ਬੋਲਾਂ ਨੂੰ ਸਿਰਜਿਆ, ਰਾਣਾ ਰਣਵੀਰ ਜੀ ਨੇ ਪੜ੍ਹਤੇ, ਉਹਨਾਂ ਆਵਾਜ਼ ਦੇ ਦਿੱਤੀ ਅਤੇ ਮੈਂ ਅੱਖਰ ਘੜਤੇ। ਸੋ ਧੰਨਵਾਦ ਜੀ, ਸਟੇ ਐਟ ਹੋਮ, ਮਹਾਂਮਾਰੀ ਤੋਂ ਬਚੇ ਰਹੋ, ਆਪਦੀ ਦੇਖਭਾਲ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਆਪਣੀਆਂ ਲਿਖਤਾਂ, ਆਪਣੇ ਕੋਈ ਖੂਬਸੂਰਤ ਸੁਨੇਹੇ ਭੇਜਦੇ ਰਿਹਾ ਕਰੋ, ਔਰ ਸ਼ਰਤ ਨਾ ਲਾਇਓ ਕਿ ਤੁਹਾਡਾ ਨਾਮ ਨਾ ਲਈਏ, ਨਾਮ ਲਈਏ ਤਾਂ ਮੈਨੂੰ ਵੀ ਚੰਗਾ ਲੱਗਦਾ, ਵਧੀਆ ਲੱਗੂਗਾ। ਔਰ ਇਸ ਦੇ ਨਾਲ ਹੀ ਆਗਿਆ ਦਿਓ, ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ ਆਪਣੇ ਕਮੈਂਟ ਵਿੱਚ ਜ਼ਰੂਰ ਦੱਸਿਓ। ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਸੱਚੇ ਨਗ ਵਰਗੇ ਅਲਫਾਜ਼ਾਂ ਚੋਂ ਜਜ਼ਬਾਤ ਤੇਰੇ ਮੈਂ ਟੋਲਾ, ਐਵੇਂ ਭੇਦ ਜੋ ਦਿਲ ਵਿੱਚ ਦੱਬੇ ਤੂੰ ਮੈਂ ਅੱਖੀਆਂ ਰਾਹੀਂ ਖੋਲਾਂ।